ਵਾਲੇਕੁਮ ਸਲਾਮ ਅਲਹਮਦੁਲਿਲਾ ਜੀ ਠੀਕ ਠਾਕ ਅੱਜ ਵੇਖੋ ਜੀ ਮੀਆਂ ਚੰਨੂ ਗੱਲਾਂ ਮੰਡੀ ਦੇ ਵਿੱਚ ਖੜ੍ਹੇ ਹਾਂ ਆਹ ਮੈਂ ਕਹਿੰਦਾ ਅੱਜ ਨਜ਼ਾਰੇ ਆ ਗਏ ਆ ਐਸੀ ਕਣਕ ਆਈ ਆ ਕਿ ਦੇਖ ਕੇ ਦਿਲ ਖੁਸ਼ ਹੋ ਗਿਆ ਰੂਹ ਰਾਜ਼ੀ ਹੋ ਗਈ ਆ ਇਹ ਤਾਂ ਢੇਰੀ ਇਸ ਤਰ੍ਹਾਂ ਦੀ ਕਿ ਇੱਥੇ ਜੌਂ ਬਹੁਤੇ ਆ ਲੇਕਿਨ ਬਿਲਕੁਲ ਖੁਸ਼ਕ ਆ ਠੀਕ ਆ ਲੇਕਿਨ ਜੌਂ ਵੇਖੋ ਨਾ ਇਹ ਸਾਡੇ ਜ਼ਿਮੀਂਦਾਰ ਆ ਫਿਰ ਕਹਿੰਦੇ ਰੇਟ ਨਹੀਂ ਲੱਗਦਾ ਇਹ ਚੈੱਕ ਕਰੋ ਇਹ 'ਚ ਜੌਂ ਬਹੁਤੇ ਆ ਢੇਰੀ ਨੂੰ ਛੋੜੋ ਤੁਸੀਂ ਇੱਧਰ ਵੇਖੋ ਅਤੇ ਇਹ ਮਾਸ਼ਾਅੱਲਾ ਬਿਲਕੁਲ ਖੁਸ਼ਕ ਅੱਗੇ ਕਹਿੰਦੇ ਸੀ ਜੀ ਗਿੱਲੀ ਆ ਰਹੀ ਆ ਉਹ ਗਿੱਲੀ ਵਾਲਾ ਲਾਂਬਾ ਇਹਨਾਂ ਦਾ ਮੁੱਕ ਗਿਆ ਵਾ ਅਤੇ ਚੰਗੀ ਖੁਸ਼ਕ ਕਣਕ ਆ ਰਹੀ ਹੈ ਇਸੇ ਤਰ੍ਹਾਂ ਉਹ ਢੇਰੀ ਵੇਖੋ ਉਹ ਵੀ ਘਰਾਂ ਵਾਲੇ ਲੈਂਦੇ ਪਏ ਘਰਾਂ ਵਾਲੇ ਹਮੇਸ਼ਾ ਉਹ ਢੇਰੀ ਲੈਂਦੇ ਆ ਜਿਹੜੀ ਚੰਗੀ ਆਈ ਹੋਵੇ ਠੀਕ ਆ ਬਾਕੀ ਇੱਧਰ ਨੂੰ ਮਾਰੋ ਅਰਾਈਵਲ ਵੀ ਅੱਜ ਚੰਗਾ ਵਧਿਆ ਹੋਇਆ ਕਣਕ ਦਾ ਚੰਗੀ ਰੌਣਕ ਲੱਗੀ ਹੋਈ ਆ ਮੰਡੀ ਦੇ ਵਿੱਚ ਨਾ ਕਣਕ ਦੀ ਪਹਿਲੇ ਨਾਲੋਂ ਬਹੁਤੀ ਆਈ ਹੋਈ ਆ ਬਾਕੀ ਪਾਸਕੋ ਦਾ ਬਾਰਦਾਨਾ ਵੀ ਲੱਗਾ ਹੋਇਆ ਉਹ ਵੀ ਭਰਦੇ ਪਏ ਆ ਅਤੇ ਚੰਗੀ ਯਾਨੀ ਕਹਿ ਲਓ ਕਿ ਅੱਜ ਕਣਕ ਜਿਹੜੀ ਹੈ ਨਾ ਇਸ ਸਾਲ 2024 ਦੀ ਸਾਰਿਆਂ ਤੋਂ ਚੰਗੀ ਅੱਜ ਮੰਡੀ ਦੇ ਵਿੱਚ ਚੰਗੀਆਂ ਢੇਰੀਆਂ ਆਈਆਂ ਬਿਲਕੁਲ ਖੁਸ਼ਕ ਆਈਆਂ ਹਾਂਜੀ ਰੇਟ ਸ਼ੇਟ ਵੇਖੋ ਜੀ ਜਿਹੜਾ ਹਕੂਮਤੀ ਰੇਟ ਆ 3,900 ਅਤੇ ਪਾਸਕੋ ਵਾਲੇ ਇਸ ਰੇਟ 'ਤੇ ਖਰੀਦਦੇ ਪਏ ਆ ਲੇਕਿਨ ਮੰਡੀ ਦੇ ਵਿੱਚ ਜਿਹੜਾ ਰੇਟ ਹੈ ਨਾ ਉਹ ਅੱਜ ਕੋਈ ਵੀ ਸੂਰਤ ਹਾਲ ਨਹੀਂ ਹੈਗੀ ਪਤਾ ਨਹੀਂ ਅਰਾਈਵਲ ਵੱਧ ਗਿਆ ਤਾਂ ਕਰਕੇ ਜਾਂ ਕੀ ਮਸਲਾ ਬਣਿਆ ਹਾਲਾਂਕਿ ਕਣਕ ਵੀ ਅੱਗੇ ਨਾਲੋਂ ਅੱਜ ਚੰਗੀ ਆਈ ਆ ਆਹ ਵੇਖੋ ਘਰਾਂ ਵਾਲਿਆਂ ਨੂੰ 3,350 ਨੂੰ ਵੇਚਦੇ ਪਏ ਘਰਾਂ ਵਾਲਿਆਂ ਨੂੰ ਘਰ ਵਾਲਿਆਂ ਨੂੰ 3,350 ਨੂੰ ਵੇਚਦੇ ਪਏ ਆ ਅਤੇ ਅੱਗੇ ਜਿਹੜੀ ਸੀ ਕੱਲ੍ਹ ਇਹੀ ਇੱਥੇ ਢੇਰੀ ਪਈ ਹੋਈ ਸੀ ਅਤੇ ਉਹ 3,600 ਨੂੰ ਵਿਕੀ ਸੀਗੀ ਬੋਲੀ ਲਾਈਵ ਤੁਹਾਨੂੰ ਦਿਖਾਉਂਦੇ ਹਾਂ ਚੱਲ ਕੇ ਲਾਈਵ ਬੋਲੀ ਜਿਹੜੀ ਆ ਉਹਦੀ ਵੀ ਤੁਸੀਂ ਰਿਕਾਰਡਿੰਗ ਦਿਖਾਉਣਾ ਅਤੇ ਲਾਈਵ ਬੋਲੀ ਦੇ ਵਿੱਚ ਤਕਰੀਬਨ 3,100-3,200 ਰੁਪਇਆ ਟੋਪ ਰੇਟ ਅੱਜ ਲੱਗਦਾ ਪਿਆ ਯਾਨੀ ਕਿ ਵੈਸੇ ਤਾਂ ਬੋਲੀ ਨਾਲੋਂ ਮਹਿੰਗੀ ਵੇਚਦੀ ਪਈ ਆ ਹਾਂ ਲੇਕਿਨ ਵੈਸੇ ਕੱਲ੍ਹ ਦੀ ਨਿਸਬਤ ਅੱਜ ਘੱਟ ਗਿਆ ਹਾਂ ਕੱਲ੍ਹ ਦੀ ਨਿਸਬਤ ਅੱਜ ਰੇਟ ਘੱਟ ਗਿਆ ਕਣਕ ਕੱਲ੍ਹ ਨਾਲੋਂ ਅੱਗੇ ਨਾਲੋਂ ਅੱਜ ਜਿਹੜੀ ਆ ਚੰਗੀ ਕਣਕ ਆਈ ਆ ਅੱਜ ਮੰਡੀ ਦੇ ਵਿੱਚ ਵੇਖੋ ਜੀ ਸੂਰਤ ਹਾਲ ਇਹੀ ਰੇਟ ਰਹਿਣਾ 3,000 ਤੋਂ ਲੱਗ ਕੇ 3,500 ਦੇ ਵਿਚਕਾਰ ਵਿਚਕਾਰ ਹੀ ਬਾਕੀ ਮਾਰਕੀਟ ਦੇ ਵਿੱਚ ਖਬਰਾਂ ਜਿਹੜੀਆਂ ਗਰਦਿਸ਼ ਕਰ ਰਹੀਆਂ ਉਹ ਕਹਿ ਰਹੇ ਕਿ 2,800-2,900 ਨੂੰ ਵੀ ਅੱਜ ਵਿਕੀ ਆ ਚੰਦ ਇੱਕ ਢੇਰੀਆਂ ਜਿੱਦਾਂ ਜੌਂਆਂ ਵਾਲੀ ਪਈ ਹੈ ਨਾ ਇੱਦਾਂ ਦੀਆਂ ਢੇਰੀਆਂ 2,800-2,900 ਨੂੰ ਵਿਕੀਆਂ ਚਲੋ ਜੀ ਬਹੁਤ ਸ਼ੁਕਰੀਆ ਠੀਕ ਹੋ ਗਿਆ